ਟਾਈਮ ਦਾ ਦੂਜਾ ਹੋ ਗਈ ਚਲਦੀ ਹੈ ਬਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਆਪ ਗੁਰਦੁਆਰੇ ਜੀ ਅਸੀਂ ਲੈ ਕੇ ਆਏ ਸੀਗੇ ਜੀ ਆਪਣੇ ਲੁਧਿਆਣੇ ਤੋਂ ਜੀ ਸਟੇਸ਼ਨ ਤੋਂ ਇਹ ਬਜ਼ੁਰਗ ਬੜੀ ਮਾੜੀ ਹਾਲਤ ਚ ਉੱਥੇ ਵਿਚਾਰਾ ਰੁੜ ਰੁੜ ਕੇ ਚੱਲਦੇ ਸੀਗੇ ਜੀ ਥੱਲੇ ਪੈਰਾਂ ਇਹਨਾਂ ਦੀ ਇੱਕ ਲੱਤ ਜਾਂ ਬਾਂਹ ਜਾਮ ਆ ਜੀ ਖੁੱਲਦੀ ਨਹੀਂ ਤੇ ਇੱਕ ਲੱਤ ਬਿਲਕੁਲ ਹੀ ਸੁੱਕੀ ਹੋਈ ਹੈ ਜੀ ਜਾਮ ਆ ਦੇਖੋ ਬਿਲਕੁਲ ਹੀ ਇਹਨਾਂ ਦਾ ਕੰਮ ਨਹੀਂ ਕਰਦੀ ਲੱਤ ਇਹ ਪੈਰਾਂ ਭਰ ਬੈਠ ਕੇ ਇੱਦਾਂ ਦਾ ਹੌਲੀ ਹੌਲੀ ਰੁੜ ਰੁੜ ਕੇ ਲੰਘੇ ਜਾਂਦੇ ਸੀਗੇ ਜੀ ਤੇ ਅਸੀਂ ਉੱਥੇ ਕਿਸੇ ਹੋਰ ਕੰਮ ਗਏ ਹੋਏ ਸੀਗੇ ਜੀ ਤੇ ਪਰ ਗੁਰੂ ਮਹਾਰਾਜ ਨੇ ਸਾਨੂੰ ਕਿਸੇ ਬਜ਼ੁਰਗ ਨੂੰ ਮਾਤਾ ਜੀ ਤੇ ਅਸੀਂ ਇਹਨੂੰ ਲੈ ਕੇ ਆਏ ਜੀ ਆਪਣੀ ਸੰਸਥਾ ਇਹਨਾਂ ਨੂੰ ਅਸੀਂ ਆਪਣੀ ਸੰਸਥਾ ਤੇ ਲੈ ਕੇ ਆਏ ਬੈਠ ਜਾਓ ਬਾਬਾ ਜੀ ਬੈਠ ਜਾਓ ਬੜੀ ਮਾੜੀ ਹਾਲਤ ਸੀਗੀ ਜੀ ਬਾਬਾ ਜੀ ਜੋ ਕਿ ਤੁਸੀਂ ਦੇਖ ਰਹੇ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਹੈਗੀ ਸੰਸਥਾ ਤੇ ਲੈ ਕੇ ਆਏ ਜੀ ਆਪਣੀ ਬਸ ਠੀਕ ਹੈ ਤੇ ਹੁਣ ਇਹਨਾਂ ਨੂੰ ਲੈ ਕੇ ਆਏ ਜੀ ਅਸੀਂ ਇਹਨਾਂ ਦਾ ਸਾਫ਼ ਸਫਾਈ ਕਰ ਰਹੇ ਹਾਂ ਜੀ ਸਰੀਰ ਇਹਨਾਂ ਦਾ ਬਹੁਤ ਜ਼ਿਆਦਾ ਗੰਦਾ ਸੀ ਲੈਟਰਿੰਗ ਪਿਸ਼ਾਬ ਇਹਨਾਂ ਦਾ ਵਿੱਚ ਨਿਕਲਿਆ ਹੋਇਆ ਸੀਗਾ ਜੀ ਬਹੁਤ ਜਿਵੇਂ 6-7 ਮਹੀਨੇ ਤੋਂ ਨਹਾਤੇ ਬੜੀ ਮਾੜੀ ਹਾਲਤ ਦੇ ਵਿੱਚ ਸੀਗੇ ਜੀ ਤੇ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦੀ ਸੇਵਾ ਕਰ ਰਹੇ ਹਾਂ ਜੀ ਤੇ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਭੈਣਾਂ ਨੂੰ ਸਾਰਿਆਂ ਨੂੰ ਜੇ ਕੋਈ ਹੋਰ ਵੀ ਦੇਖਦਾ ਹੁੰਦਾ ਜੇ ਵੀਰਾਂ ਨੂੰ ਇਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਜੀ ਇਹਨੂੰ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਪਹੁੰਚਾ ਸਕਦੇ ਜਾਂ ਕਿਸੇ ਸੈਲ ਤੋਂ ਪਹੁੰਚਾ ਸਕਦੇ ਸੀ ਤਾਂ ਬੜੀ ਮਿਹਰਬਾਨੀ ਹੁੰਦੀ ਕਿਸੇ ਦੀ ਪਰ ਅੱਗੇ ਤੋਂ ਜੇ ਵੀਰ ਕੋਈ ਇੱਦਾਂ ਦਾ ਤੁਹਾਨੂੰ ਬੰਦਾ ਮਿਲਦਾ ਤਾਂ ਉਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਹੈਲਪ ਕਰਿਆ ਕਰੋ ਜੀ ਮਨੁੱਖਤਾ ਦੀ ਸੇਵਾ ਜੀ ਸਭ ਤੋਂ ਵੱਡੀ ਸੇਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ